पठानकोट के ममून में वार्ड नंबर 11 के पास पड़ते 500 साल पुराने तालाब में रह रही सैकड़ों की संख्या में मछलियों के मारे जाने की खबर सामने आई है, जिसे लेकर लोगों में काफ़ी रोष देखने को मिल रहा है। लोगों ने बताया कि पिछले 2 महीनों से लगातार तालाब की मछलियां मर रही हैं, जिसके वातावरण में बड़ी ही बदबू फैल गई है। इस वजह से बीमारी फैलने का भय भी लोगों को सता रहा है, क्योंकि मरी हुई मछलियां अभी भी तालाब में पड़ी हुई हैं। स्थानीय निवासियों ने बताया कि यह तालाब 500 साल पुराना है, लेकिन इसमें पानी की व्यवस्था नहीं है, जिसके चलते यह तालाब वर्षा के मौसम पर ही निर्भर है। उन्होंने कहा कि प्रशासन से कई बार मांग कर चुके हैं कि यहाँ पर बोर लगवाया जाए और तालाब को पानी मुहैया करवाया जाए, जिससे कि मछलियाँ जीवित रह सकें, लेकिन प्रशासन की अनदेखी के चलते वहाँ लगातार मछलियाँ मर रही हैं। ਇਹ 12.5 ਲੱਖ ਰੁਪਇਆ ਇੱਥੇ ਲਾ ਦਿੱਤਾ ਆ, ਜਦਕਿ ਕਹਿੰਦੇ ਮਿੱਟੀ ਪਾਵਾਂਗੇ, ਇੱਧਰ ਵੀ ਡੰਗੇ ਲੱਗਣੇ, ਉੱਧਰ ਵੀ ਡੰਗੇ ਲੱਗਣੇ, ਕੋਈ ਡੰਗਾ ਨਹੀਂ ਲੱਗਿਆ। ਅਤੇ ਹੋਰ ਇਹਦੇ ਵਾਸਤੇ ਅਸੀਂ ਕਿਹਾ ਸਭ ਤੋਂ ਪਹਿਲੇ ਬੋਰ ਕਰਾ ਦਿਓ ਜਿਹੜਾ ਤਾਜ਼ਾ ਪਾਣੀ। ਪ੍ਰਸ਼ਾਸਨਿਕ ਅਧਿਕਾਰੀ ਨਾਲ ਕਿਸੇ ਨਾਲ ਗੱਲਬਾਤ ਹੋਈ? ਦੇਖੋ ਜੀ, 2-3 ਵਾਰੀ ਕੰਪਲੇਂਟ ਕੀਤੀ ਹੈ, ਮੈਂ ਪਾਣੀ ਵਾਸਤੇ ਵੀ ਕੀਤੀ ਹੈ ਕਿ ਪਾਈਪ ਟੁੱਟ ਗਈ ਹੋਈ ਹੈ, ਪਾਈਪ ਠੀਕ ਕਰਾਓ। ਸੜਕ 'ਤੇ ਸਾਰਾ ਪਾਣੀ ਇੱਕ ਜਗ੍ਹਾ ਤੋਂ ਨਹੀਂ ਹੁੰਦਾ, 3-4 ਇੱਕੋ ਪਾਈਪ 3-4 ਜਗ੍ਹਾ ਤੋਂ ਟੁੱਟੀ ਹੋਈ ਹੈ। ਔਰ ਕੀ ਕਿਹਾ ਜਾਂਦਾ ਪ੍ਰਸ਼ਾਸਨ? ਕੁਛ ਨਹੀਂ, ਕਰਾ ਦਿੰਦੇ ਆ, ਕੁਛ ਅੱਗੇ ਕੁਛ ਕਾਰਵਾਈ ਹੋਈ ਨਹੀਂ, ਅੱਜ ਤੱਕ ਨਹੀਂ ਹੋਈ। ਮੈਨੂੰ ਕਹਿੰਦੇ ਲਗਭਗ 4 ਮਹੀਨੇ ਹੋ ਗਏ ਨੇ। ਦੇਖੋ ਜੀ, ਅਸੀਂ ਤਾਂ ਇਹੀ ਕਹਾਂਗੇ ਕਿ ਸਾਫ਼ ਸਫਾਈ ਕਰਾਉਣ, ਉੱਥੇ ਵੀ ਜੀਵ ਜੰਤੂ ਰਹਿੰਦੇ ਨੇ, ਉਹਨਾਂ ਦਾ ਵੀ ਹੋਏ, ਸਾਨੂੰ ਵੀ ਸਮੈਲ ਨਾ ਆਏ, ਅਸੀਂ ਵੀ ਠੀਕ ਰਹੀਏ, ਤੰਦਰੁਸਤ ਰਹੀਏ। ਪਾਣੀ ਜਿੱਥੇ ਪਾਣੀ ਰੁਕੇਗਾ ਜੀ, ਉੱਥੇ ਮੱਛਰ ਆਉਣੇ ਆ, ਮੱਛਰ ਆਉਣਗੇ ਮਲੇਰੀਆ ਡੇਂਗੂ ਆ ਸਭ ਫੈਲਣਾ ਹੀ ਫੈਲਣਾ। ਅਤੇ ਹੁਣ ਚਿਰਜਾ ਪ੍ਰਸ਼ਾਸਨ ਨੂੰ ਕਹਾਂਗੇ ਥੋੜ੍ਹੀ ਜਿਹੀ ਸਾਫ਼ ਸਫਾਈ ਕਰਾਈ ਜਾਏ, ਜਿੱਥੋਂ ਪਾਈਪਾਂ ਟੁੱਟੀਆਂ, ਜਿੱਥੇ ਸਾਫ਼ ਮੱਛੀਆਂ ਮਰਨਗੀਆਂ ਉਹਨਾਂ ਨੂੰ ਕੱਢ ਕੇ ਨਵੀਂ ਮੱਛੀਆਂ ਤਲਾਬ ਦੀ ਸਫਾਈ ਕਰਾਈ ਜਾਏ ਇੱਕ ਵਾਰੀ, ਅਤੇ ਤਾਂ ਕਿ ਜਿਹੜੇ ਇੱਥੇ ਰਹਿਣ ਵਾਲੇ ਹੈਗੇ ਲਾਗੇ ਉਹ ਵੀ ਠੀਕ ਰਹਿਣ ਅਤੇ ਜਾਨਵਰ ਵੀ ਠੀਕ ਰਹਿਣ। ਹਾਂਜੀ, ਕੀ ਨਾਮ ਸਰ? ਮੇਰਾ ਨਾਮ ਮਹਿੰਦਰ ਕੁਮਾਰ ਕਾਲਾ ਜੀ। ਮਹਿੰਦਰ ਜੀ, ਕੀ ਕਹਿਣਾ ਚਾਹੋਗੇ ਜਿਹੜੀਆਂ ਤਲਾਬ ਦੇ ਵਿੱਚ ਮੱਛੀਆਂ ਮਰਦੀਆਂ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ 500 ਸਾਲ ਪੁਰਾਣਾ ਤਲਾਅ ਹੈਗਾ ਆ, ਔਰ ਇਹ ਮੱਛੀਆਂ ਇਹਦੇ 'ਚ ਬਹੁਤ ਦੇਰ ਤੋਂ ਪਹਿਲੇ ਦੀਆਂ ਪਾਈ ਦੀਆਂ, ਔਰ ਨਿਗਮ ਅੱਗੇ ਇਹੀ ਹੈ ਕਿ ਇਹਦੀ ਸਫਾਈ ਕਰਾਈ ਜਾਏ, ਅਤੇ ਪਹਿਲਾਂ ਇਹ ਕਿ ਸਾਡਾ ਵੀ ਇੱਥੇ ਬੋਰ ਕਰਾਇਆ ਜਾਏ। ਅਗਰ ਬੋਰ ਨਹੀਂ ਕਰਾ ਸਕਦੇ, ਜਿਸ ਤਰ੍ਹਾਂ ਇਹ ਲੀਕਿੰਗ ਪਾਣੀ ਹੋ ਰਿਹਾ, ਇਹੀ ਪਾਣੀ ਜਿਹੜਾ ਆ ਇਹ ਤਲਾਅ ਦੇ ਵਿੱਚ ਸੁੱਟਿਆ ਜਾਏ, ਜਦਕਿ ਇਹਦੇ 'ਚ 10 ਫੁੱਟ ਪੈਪ ਨਹੀਂ ਪੈਣੀ। ਅਤੇ ਚਲੋ, ਮੱਛੀਆਂ ਬਚਤ ਸਕਦੀਆਂ ਥੋੜ੍ਹੀਆਂ, ਅਤੇ ਸਾਡੀ ਇਹੀ ਬੇਨਤੀ ਹੈਗੀ ਆ ਨਗਮ ਨਿਗਮ ਅੱਗੇ ਕਿ ਇਹ ਜਿਹੜਾ ਪਾਣੀ ਵੇਸਟ ਹੋ ਰਿਹਾ ਨਾ, ਇਹੀ ਪਾਣੀ ਤਲਾਅ ਦੇ ਵਿੱਚ ਸੁੱਟਿਆ ਜਾਏ, ਬਾਕੀ ਬੋਰ ਦੇ ਬਾਅਦ 'ਚ ਦੇਖਿਆ ਜਾਏਗਾ। ਆਪਣਾ ਤਾਂ ਕਿੱਥੇ ਦੇ ਰਹਿਣ ਵਾਲੇ? ਹਾਂ ਭਾਈ, ਆਸ਼ੀਸ਼ ਕੁਮਾਰ ਮੇਰਾ ਨਾਮ ਆ, ਮੈਂ ਮਮੂਨ 11 ਨੰਬਰ ਬਾਗ ਰਹਿੰਦਾ, ਅਤੇ ਆਪਣੇ ਤਲਾਅ 'ਚ ਮੱਛੀ ਕਈ ਮਰੇ ਕਰਦੀ ਆ। ਇਹ ਆਪਣਾ 2-3 ਦਿਨ ਹੋ ਗਿਆ ਲਗਾਤਾਰ ਮੱਛੀ ਮਰਦੇ ਨੂੰ, ਅਤੇ 2-2.5 ਕੁਇੰਟਲ ਮੱਛੀ ਲਿੱਤੀ ਵੀ ਹੈਗੀ ਬੰਦਿਆਂ ਨੇ ਫੜ ਕੇ ਪਹਿਲੇ, ਉਹ ਚਲੋ ਲੈ ਗਏ ਖਾਣ ਪੀਣ ਭੇਜੀਏ ਭੂਜੀਏ ਲੈ ਗਏ ਖਾਣ ਪੀਣ ਨੂੰ, ਕੋਈ ਗੱਲ ਨਹੀਂ, ਕਿਹਾ ਬਾਅਦ ਸੜਨੀ ਹੈ ਤੁਸੀਂ ਲੈ ਜਾਓ ਹੁਣ ਮਰਨ ਦੀਆਂ ਦੇ। ਅਤੇ ਕਿਸੇ ਨੇ ਦੇਖਭਾਲ ਨਹੀਂ ਕੀਤੀ ਤਲਾਅ ਦੀ, ਤਲਾਅ ਸਾਫ਼ ਨਹੀਂ ਕੀਤਾ ਕਿਸੇ ਨੇ, 2-2.5 ਸਾਲ ਹੋ ਗਿਆ ਪਹਿਲੇ ਵੀ ਮਰਦੀ ਪਈ ਮੱਛੀ, ਅਤੇ ਹੁਣ ਦੁਬਾਰਾ ਉਹੀ ਕੰਮ। ਕੀ ਕਾਰਨ ਆ ਮੱਛੀ ਮਰਨ ਦਾ ਇੱਥੇ ਨਾ? ਭਾਅ ਜੀ, ਉਹੀ ਕਾਰਨ ਹੈ ਗੰਦਗੀ ਦਾ ਕਾਰਨ ਹੈ। ਦੇਖੋ ਨਾ ਤੁਸੀਂ ਮੱਛੀ ਸਾਹਮਣੇ ਕਰਦੇ ਕਰਦੇ, ਇਹ ਦੇਖੋ ਮੱਛੀ ਸਾਹ, ਅਤੇ ਇਹੀ ਕਾਰਨ ਹੈ ਕਿ ਮੱਛੀ ਤਾਂ ਹੀ ਮਰੇ ਕਰਦੀ, ਗੰਦਗੀ ਦੇ ਕਾਰਨ ਮਰੇ ਕਰਦੇ। ਕਿੱਥੇ ਦੇ ਰਹਿਣ ਵਾਲੇ ਹੋ ਤੇ ਕੀ ਗੱਲਬਾਤ ਹੋਈ ਸਾਰੀ? ਇੱਥੇ ਰਹਿਣ ਵਾਲੇ ਆ, ਪ੍ਰਤਾਪ ਸਿੰਘ ਮੇਰਾ ਨਾਂ ਹੈ, ਅਤੇ ਲੋਕਡਾਊਨ 'ਚ ਮੱਛੀ ਮਰੀ, 3-4 ਸਾਲ ਹੋ ਗਏ ਇਹਨੂੰ ਮੱਛੀ ਮਰਦੇ, ਅਤੇ ਤਲਾਅ ਦੀ ਗੰਦਗੀ ਕਾਰਨ ਮਰਦੀ ਹੈ। ਤਲਾਅ ਦਾ ਹੀ ਪੈਸਾ ਵੀ ਆਇਆ, ਕੁਛ ਪੈਸਾ ਨਹੀਂ ਲੱਗਿਆ ਇਸ 'ਤੇ, ਹਰ ਸਰਕਾਰ ਆਉਂਦੀ ਆ ਤਾਂ ਕੋਈ ਫਾਇਦਾ ਨਹੀਂ, 'ਚ ਮੱਛੀ ਆਟਾ ਹੀ ਪਾਉਂਦੇ, ਲੋਕ ਆਉਂਦੇ ਆ ਦਾਣ ਵੀ ਕਰਦੇ ਆ, ਪਰ ਇਹਦੀ ਕੇਅਰ ਨਹੀਂ ਕਰਦਾ। ਕੀ ਮੰਗ ਕਰਦੇ ਜਿੱਦਾਂ ਨਗਰ ਨਿਗਮ ਦੇ ਹਦੂਦ ਦੇ ਅੰਦਰ ਆਉਂਦਾ ਹੈਗਾ ਹੈ ਨਾ? ਹਾਂਜੀ, ਅਤੇ ਉਹਨਾਂ ਨੂੰ ਮਤਲਬ ਕਿ ਕਿੱਦਾਂ ਦੀ ਜਿਹੜੀ ਵਿਵਸਥਾ ਇੱਥੇ ਦੀ ਰੱਖਣੀ ਚਾਹੀਦੀ ਹੈਗੀ? ਇੱਥੇ ਵੀ ਆਏ ਨਗਰ ਨਿਗਮ ਦੇ ਬੰਦੇ ਵੀ ਆਏ ਸੀ ਇੱਥੇ, ਅਤੇ ਉਹਨਾਂ ਨੇ ਚੈੱਕ ਕੀਤਾ ਸੀ, ਚੱਲ ਗਏ ਸੀ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਗੇ, ਕਾਰਵਾਈ ਹੋਣੀ ਚਾਹੀਦੀ ਸੀ, ਤਲਾਅ ਸਾਫ਼ ਕਰਨਾ ਚਾਹੀਦਾ, ਇਸ ਕਾਰਨ ਮੱਛੀ ਮਰਦੀ ਹੈ, ਕੋਈ ਜਾਣ ਕੇ ਨਹੀਂ, ਕੋਈ ਮਾਰਦਾ ਨਹੀਂ। ਤਾਂ ਕੋਈ ਫੰਡ ਫੁੰਡ ਵੀ ਆਇਆ? ਫੰਡ ਵੀ ਆਇਆ, ਤਾਂ ਆਇਆ ਕੁਛ ਪੈਸੇ ਡੰਗੇ ਲੱਗੇ 2-4 ਬਸ। ਕੀ ਮੰਗ ਕਰਦੇ ਸਰਕਾਰ ਕੋਲ? ਕੀ ਸਾਫ਼ ਕਰਦੇ ਨੇ, ਮੱਛੀ ਬਚੇ ਬਸ। ਮੱਛੀ ਵੀ ਹੈਗੇ ਆ, ਇੱਕ ਉਹ ਵੀ ਪਿੱਛੇ, ਉਹ ਕੋਈ ਪਾਲਣਾ ਨਹੀਂ ਕਰਦੇ, ਕੋਈ ਨਹੀਂ ਕਰਦੇ।
कोई नहीं करता। सिर्फ 25 बोरियां पाई हुई है मछली, फिर 12 मछली उस टाइम भी मरी हुई 25 की। एक वो नहीं अपना टांगू मंदिर फिर बाबा उस 25 बोरी देखने दान की थी, फिर चूने ने मछली बच जानी है। दो चार साल के साल बच गई मछली, चूना पाने कारण खराब पानी खराब हो गया। उस कारण करिए बंदे बंदे ने चोरी की, एक बोरी ने 5 बोरियां 25 बोरियां पाई हुई तो 25 साल भर मछली हूँ दोबारा मछली मर गई। पानी गंदा च गंदी नहीं है, उन्हें ऑक्सीजन नहीं मिलती मछली, उस कारण कोई शरारत नहीं करता मछलियाँ। सर जिस तरह की देखा गया मानयोग भगवंत मान हुणां दी सरकार ने सौंदर्यकरण लई तालाबां दे बड़ा उपराला चुकिया, सर उहदे मद्देनज़र ममून दे विच 11 नंबर वार्ड दे नज़दीक एक तालाब है जिथे कि परसों 2 दिन तो मच्छियां बड़ियां मर रही गईयां और काफ़ी जड़ी गंदगी फैली हुई है। ਉਹਦੇ ਵਿੱਚ ਜਿਹੜਾ ਹੈਗਾ ਹੈ ਸਰਕਾਰ ਵੱਲੋਂ ਸਾਨੂੰ ਜਿਹੜਾ ਹੈਗਾ ਡਾਇਰੈਕਸ਼ਨਸ ਆਈਆਂ ਨੇ ਵੀ ਜਿੰਨੇ ਵੀ ਪੌਂਡਸ ਵਗੈਰਾ ਹੈਗੇ ਉਹਨਾਂ ਦੀ ਰੀਜੂਵੀਨੇਸ਼ਨ ਕਰਨੀ ਹੈਗੀ ਆ। ਦੈਟ ਮੀਨਸ ਬਈ ਉਹਦੀ ਸਾਫ਼ ਸਫਾਈ ਕਰਕੇ ਜੋ ਵੀ ਬੂਟੀ ਵਗੈਰਾ ਉਹ 'ਚੋਂ ਕੱਢਣੀ ਹੈ ਉਹਦਾ ਸੁੰਦਰੀਕਰਨ ਕਰਨਾ ਹੈ ਐਜ ਪਰ ਜਿਹੜੀ ਹੈਗੀ ਆ ਗਾਈਡਲਾਈਨ। ਉਹ ਅਸੀਂ ਉਸ ਕੰਟੈਕਸਟ ਦੇ ਵਿੱਚ ਜਿਹੜਾ ਹੈਗਾ ਨਗਰ ਨਿਗਮ ਵੱਲੋਂ ਇੱਕ ਐਸਟੀਮੇਟ ਤਿਆਰ ਕੀਤਾ ਗਿਆ ਸੀ ਜਿਸ ਤਹਿਤ ਉਸ ਜਿਹੜਾ ਪੌਂਡ ਦਾ ਹੈਗਾ ਉਹਦੀ ਸਾਫ਼ ਸਫਾਈ ਦਾ ਕੰਮ ਅਤੇ ਹੋਰ ਜੋ ਵੀ ਉੱਥੇ ਲਾਈਟ ਬਾਕਸ ਹੈਗੇ ਆ ਉਹ ਕੀਤੇ ਜਾ ਰਹੇ ਆ। ਜਿੱਥੋਂ ਤੱਕ ਮੱਛੀਆਂ ਮਰਨ ਦਾ ਸਵਾਲ ਹੈ ਉਹ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਹੈ। ਪਾਣੀ ਤਾਂ ਉੱਥੋਂ ਕਿਸੇ ਨੇ ਜਿਹੜਾ ਹੈਗਾ ਛੇੜਿਆ ਹੀ ਨਹੀਂ ਹੈਗਾ, ਜੋ ਪਹਿਲਾਂ ਹੈਗਾ ਹੈ ਉੱਥੇ ਸਿਰਫ ਉਹਦੀ ਸਾਫ਼ ਸਫਾਈ ਕਰ ਲਈ ਆ ਉੱਥੇ, ਬਾਕੀ ਇਹਦੇ ਜਿਹੜੀ ਹੈਗੀ ਆ ਆਪਾਂ ਤਹਿਕੀਕਾਤ ਕਰਵਾ ਦਿੱਤੇ ਆ ਕੀ ਇੱਥੇ ਮਤਲਬ ਕਿਉਂ ਮਰੀਆਂ ਕੀ ਗੱਲ ਕੀ ਹੈਗੀ। ਸਰ ਲੋਕਾਂ ਦਾ ਕਹਿਣਾ ਕਿ ਪਹਿਲੇ ਪ੍ਰਪੋਜ਼ਲ ਦਿੱਤਾ ਸੀਗਾ ਕਿ ਉੱਥੇ ਬੋਰ ਕਰਵਾਉਣ ਵਾਸਤੇ ਅਤੇ ਉਹਦੇ ਕੋਈ ਵੀ ਗੱਲਬਾਤ ਜਿਹੜੀ ਹੈਗੀ ਆ ਉਹ ਸਿਰੇ ਨਹੀਂ ਚੜ੍ਹੀ। ਨਹੀਂ ਬੋਰ ਦਾ ਉੱਥੇ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਹੈ, ਉਹ ਤਾਂ ਐਜ਼ ਇਟ ਇਜ਼ ਜੋ ਐਗਜ਼ਿਸਟਿੰਗ ਹੈਗਾ ਉਹਦੇ ਵਿੱਚ ਬਰਸਾਤੀ ਪਾਣੀ ਜਿਹੜਾ ਇਕੱਠਾ ਹੁੰਦਾ ਹੈ, ਠੀਕ ਹੈ ਨਾ, ਉਹ ਪਾਣੀ ਨੂੰ ਜਿਹੜਾ ਹੈਗਾ ਐਜ਼ ਏ ਵਰਤਦੇ ਆਪਾਂ। ਮਾਮੂਨ ਰੋਡ ਪਠਾਨਕੋਟ, ਕੰਟੈਕਟ ਅਸ ਓਨ 9540066113।